ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਬੋਰੋਨ ਬਾਰੇ, ਕਿਉਂਕਿ ਬੋਰੋਨ ਵੀ ਇੱਕ ਅਜਿਹਾ ਤੱਤ ਹੈ ਜਿਸ ਬਾਰੇ ਕਾਫ਼ੀ ਪਿਛਲੇ ਸਾਲਾਂ ਦੌਰਾਨ ਕਣਕ ਦੇ ਖਾਸ ਕਰ ਸੀਜ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਇਹਦੇ ਵਿੱਚ ਬੋਰੋਨ ਦੀ ਘਾਟ ਕਾਰਨ ਕੀ ਹੁੰਦਾ ਉਹਦੇ ਬਾਰੇ ਗੱਲ ਕਰਾਂਗੇ, ਅਤੇ ਇਹ ਕੰਮ ਕੀ ਕਰਦਾ, ਅਤੇ ਕੁਝ ਹੋਰ ਗੱਲਾਂ ਇਸ ਬਾਰੇ, ਅਤੇ ਅੰਤ ਦੇ ਵਿੱਚ ਇਹਦੀਆਂ ਨਿਸ਼ਾਨੀਆਂ ਵੀ, ਜੇ ਘਾਟ ਆ ਜਾਏ ਤਾਂ ਉਹ ਕੀ ਨਿਸ਼ਾਨੀਆਂ ਬੂਟਾ ਜਿਹੜਾ ਉਹ ਦਿਖਾਉਂਦਾ। ਤਾਂ ਕੁਝ ਕੁ ਖੋਜ ਪੱਤਰਾਂ ਦੇ ਵਿੱਚੋਂ ਮੈਂ ਆਹ ਇੱਕ ਮੋਟੇ ਰੂਪ ਦੇ ਵਿੱਚ ਕੁਝ ਸਿੱਟੇ ਕੱਢ ਕੇ ਲਿਖੇ ਨੇ, ਹਾਲਾਂਕਿ ਲਿਖਾਈ ਬਹੁਤੀ ਸਾਫ਼ ਨਹੀਂ ਕੀਤੀ, ਪਰ ਤੁਸੀਂ ਫਿਰ ਵੀ ਪੜ੍ਹ ਸਕਦੇ ਹੋ। ਤਾਂ ਗੱਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬੋਰੋਨ ਇੱਕ ਜ਼ਰੂਰੀ ਲਘੂ ਤੱਤ ਹੈ ਜਿਹੜਾ ਕਿ ਮਿੱਟੀ ਦੇ ਵਿੱਚ ਪਾਇਆ ਜਾਂਦਾ, ਅਤੇ ਬੂਟੇ ਦੇ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਜੈਵਿਕ ਕਿਰਿਆਵਾਂ ਦੇ ਵਿੱਚ ਇਹ ਸਹਾਇਤਾ ਕਰਦਾ, ਅਤੇ ਜਿਨ੍ਹਾਂ ਮਿੱਟੀਆਂ ਦੇ ਵਿੱਚ ਬੋਰੋਨ ਦੀ ਘਾਟ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਬੂਟੇ ਵਿਚਲੀਆਂ ਕਿਰਿਆਵਾਂ ਪ੍ਰਭਾਵਿਤ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਕਿ ਦਾਣਿਆਂ ਦੇ ਵਿੱਚ ਨਿਸ਼ੇਚਨ ਦਾ ਸਹੀ ਨਾ ਹੋਣਾ, ਯਾਨੀ ਕਿ ਫਸਲਾਂ ਦੇ ਵਿੱਚ ਫੋਕ ਹੋ ਜਾਣੀ, ਵੀ ਬਾਹਰੋਂ ਦੇਖਣ ਨੂੰ ਬੱਲੀ ਹੈਗੀ ਆ ਪਰ ਉਸ ਦੇ ਵਿੱਚ ਦਾਣੇ ਘੱਟ ਬਣਨ ਜਾਂ ਬਿਲਕੁਲ ਬਿਨਾਂ ਬਣਨ। ਅਤੇ ਦੂਸਰੇ ਨੰਬਰ ਦੇ ਉੱਪਰ ਜਿਹੜੀਆਂ ਊਰਜਾ ਅਣੂ ਹੁੰਦੇ ਨੇ ਆਪਣੇ ਕੋਲ, ATP ਯਾਨੀ ਕਿ ਐਡੀਨੋਸਿਨ ਟ੍ਰਾਈਫੋਸਫੇਟ, ਉਹ ਵੀ ਘੱਟ ਬਣਦੇ ਨੇ ਜੇਕਰ ਬੋਰੋਨ ਦੀ ਘਾਟ ਹੋਵੇ ਮਿੱਟੀ ਦੇ ਵਿੱਚ। ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੇ ਵਿੱਚ ਕਮੀ ਆਉਂਦੀ ਹੈ, ਜੜ੍ਹਾਂ ਦਾ ਵਿਕਾਸ ਹੈ ਜਿਹੜਾ ਉਹ ਘੱਟ ਹੁੰਦਾ। ਹੁਣ ਇਸ ਦੇ ਕੰਮਾਂ ਦੀ ਗੱਲ ਕਰ ਲਈਏ ਤਾਂ ਇਹਦੇ 'ਚ ਸਭ ਤੋਂ ਪਹਿਲਾਂ ਹੈ ਸੈੱਲ ਕੰਧ। ਸੈੱਲ ਦੇ ਬਾਹਰਲੇ ਪਾਸੇ ਇੱਕ ਕੰਧ ਹੁੰਦੀ ਹੈ ਪੌਦਾ ਸੈੱਲ ਦੇ ਵਿੱਚ, ਉਸ ਨੂੰ ਬਣਾਉਣ ਦੇ ਵਿੱਚ ਅਤੇ ਉਸ ਨੂੰ ਵਧਾਉਣ ਦੇ ਵਿੱਚ ਬੋਰੋਨ ਕੰਮ ਕਰਦਾ ਹੈ। ਦੂਸਰੇ ਨੰਬਰ ਦੇ ਉੱਪਰ ਪ੍ਰੋਟੀਨ ਬਣਾਉਣ ਦੇ ਵਿੱਚ ਇਹ ਸਹਾਇਤਾ ਕਰਦਾ, ਫਿਰ ਕਾਰਬੋਹਾਈਡਰੇਟ ਬਣਾਉਂਦਾ ਅਤੇ ਉਸ ਦੇ ਵਿੱਚੋਂ ਊਰਜਾ ਲੈਣ ਦੇ ਵਿੱਚ ਸਹਾਇਤਾ ਕਰਦਾ। NPK ਜਿਹਦੇ 'ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਇਸ ਦੇ ਨਾਲ ਹੀ ਕੈਲਸ਼ੀਅਮ, ਇਹਨਾਂ ਤੱਤਾਂ ਨੂੰ ਮਿੱਟੀ ਦੇ ਵਿੱਚੋਂ ਲੈਣ ਦੇ ਵਿੱਚ ਇਹ ਸਹਾਇਤਾ ਕਰਦਾ। ਅੱਗੇ ਜਿਹੜੀ ਪ੍ਰਕਾਸ਼ ਸੰਸਲੇਸ਼ਣ ਦਰ ਹੈਗੀ ਹੈ ਉਸ ਦੇ ਵਿੱਚ ਇਹ ਵਾਧਾ ਕਰਦਾ। ਸੈੱਲ ਵੰਡ, ਜਦੋਂ ਬੂਟਾ ਵੱਧਦਾ ਤਾਂ ਉਦੋਂ ਸੈੱਲਾਂ ਦੀ ਵੰਡ ਹੁੰਦੀ ਹੈ, ਅਤੇ ਇੱਕ ਸੈੱਲ ਤੋਂ ਦੋ ਸੈੱਲ, ਦੋ ਤੋਂ ਚਾਰ, ਅੱਠ, 16, 32, ਇਸ ਤਰੀਕੇ ਨਾਲ ਸੈੱਲ ਵੱਧਦੇ ਜਾਂਦੇ ਨੇ ਉਹਨਾਂ ਦੇ ਵਿੱਚ ਵੰਡ ਹੋਣ ਤੋਂ ਬਾਅਦ, ਅਤੇ ਉਸ ਦੇ ਵਿੱਚ ਇਹ ਸਹਾਇਤਾ ਕਰਦਾ ਬੋਰੋਨ ਤੱਤ ਹੈ ਜਿਹੜਾ। ਬਿਮਾਰੀਆਂ ਤੋਂ ਬਚਾਉਂਦਾ, ਅਤੇ ਨਿਸ਼ੇਚਨ ਕਿਰਿਆ ਦੌਰਾਨ ਜਿਹੜੀ ਪਰਾਗ ਨਾਲੀ ਬਣਦੀ ਹੈ ਉਸ ਦੇ ਵਿੱਚ ਇਹ ਮਦਦ ਕਰਦਾ, ਵੱਧ ਬੱਲੀਆਂ ਨਿਕਲਦੀਆਂ ਨੇ, ਦਾਣਿਆਂ ਦਾ ਵਜ਼ਨ ਵੱਧਦਾ, ਇਹ ਸਾਰੇ ਕੰਮਾਂ ਦੇ ਵਿੱਚ ਬੋਰੋਨ ਹੈ ਜਿਹੜਾ ਉਹ ਸਹਾਇਤਾ ਕਰਦਾ, ਅਤੇ ਇਹ ਇੱਕ ਬਹੁਤ ਹੀ ਜ਼ਰੂਰੀ ਤੱਤ ਬੂਟਿਆਂ ਲਈ ਬਣ ਜਾਂਦਾ ਭਾਵੇਂ ਉਹ ਕੋਈ ਵੀ ਫਸਲ ਹੈ। ਇਸ ਦੇ ਨਾਲ ਹੀ 3 ਖੋਜ ਪੱਤਰ ਮੈਨੂੰ ਅਜਿਹੇ ਮਿਲੇ ਨੇ ਜਿਹੜੇ ਇਹ ਦੱਸਦੇ ਨੇ ਕਿ ਜਿਹੜਾ ਬੋਰੋਨ ਹੈ ਉਹ ਹਾਈ ਟੈਂਪਰੇਚਰ ਸਟ੍ਰੈਸ ਉਸ ਦੇ ਵਿਰੁੱਧ ਲੜਨ ਦੇ ਵਿੱਚ ਵੀ ਫਸਲ ਦੀ ਮਦਦ ਕਰਦਾ, ਯਾਨੀ ਕਿ ਜਿਵੇਂ ਹੁਣ ਜੇ ਕਣਕ ਦੇ ਪਿਛਲੇ ਪੜਾਵਾਂ ਦੇ ਵਿੱਚ ਤਾਪਮਾਨ ਇੱਕਦਮ ਵੱਧ ਜਾਂਦਾ ਤਾਂ ਉਦੋਂ ਵੀ ਕਣਕ ਨੂੰ ਇਸ ਜ਼ਿਆਦਾ ਤਾਪਮਾਨ ਦਾ ਟਾਕਰਾ ਕਰਨ ਲਈ ਇਹ ਸਮਰੱਥ ਬਣਾਉਂਦਾ। ਅਤੇ ਦੋ ਤਰੀਕਿਆਂ ਨਾਲ ਆਪਾਂ ਇਹਨੂੰ ਫਸਲ ਨੂੰ ਦੇ ਸਕਦੇ ਹਾਂ, ਇੱਕ ਤਾਂ ਸਪਰੇਅ ਕਰਕੇ ਅਤੇ ਦੂਸਰਾ ਇਹਨੂੰ ਮਿੱਟੀ ਦੇ ਵਿੱਚ ਰਲਾ ਕੇ ਆਪਾਂ ਛਿੱਟਾ ਦੇ ਸਕਦੇ ਹੁੰਦੇ ਹਾਂ। 4 ਕਿਲੋ ਮਿੱਟੀ ਦੇ ਵਿੱਚ ਰਲਾ ਕੇ ਪਾਉਣ 'ਤੇ ਇਹ ਦੇਖਿਆ ਗਿਆ ਕਿ ਇਹ ਝਾੜ ਨੂੰ ਪ੍ਰਭਾਵਿਤ ਕਰਦਾ, ਯਾਨੀ ਕਿ ਘੱਟ ਕਰਦਾ। ਤਾਂ ਇਸ ਤਰੀਕੇ ਨਾਲ ਵੱਧੋ ਵੱਧ ਆਪਾਂ 1 ਕਿਲੋ ਪ੍ਰਤੀ ਏਕੜ ਇਹਨੂੰ ਮਿੱਟੀ 'ਚ ਰਲਾ ਕੇ ਪਾ ਸਕਦੇ ਹਾਂ। ਸੇਚਨ ਪ੍ਰਕਿਰਿਆ ਦੌਰਾਨ ਜਿਵੇਂ ਜਿਹੜੀ ਬੂਰ ਪੈਣ ਵਾਲੀ ਸਟੇਜ ਹੁੰਦੀ ਹੈ ਆਪਣੀ, ਫਰਟੀਲਾਈਜੇਸ਼ਨ ਸਟੇਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸ ਦੌਰਾਨ ਆਪਾਂ ਇਹਨੂੰ ਕਰ ਸਕਦੇ ਹਾਂ। ਅਤੇ ਬਹੁਤ ਸਾਰੀਆਂ ਖੋਜਾਂ ਦੱਸਦੀਆਂ ਨੇ ਜਦੋਂ ਅਸੀਂ ਨਿਸ਼ੇਚਨ ਕਿਰਿਆ ਦੌਰਾਨ ਯਾਨੀ ਕਿ ਬੂਰ ਪੈਣ ਤੋਂ ਪਹਿਲਾਂ ਇਸ ਦੀ ਸਪਰੇਅ ਕਰਦੇ ਹਾਂ
ਜਾਂ ਬੂਰ ਪੈਣ ਦੌਰਾਨ ਇਸ ਦੀ ਸਪਰੇਅ ਕਰਦੇ ਹਾਂ ਤਾਂ ਇਸ ਦੇ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ। ਇਸ ਦੀ ਸਪਰੇਅ ਦੇ ਨਾਲ ਪ੍ਰਤੀ ਬੱਲੀ ਵੱਧ ਦਾਣੇ ਬਣਦੇ ਨੇ। ਪਛੇਤੀਆਂ ਬਿਜਾਈਆਂ ਲਈ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਇਹਦੀ ਸਪਰੇਅ ਨਾਲ ਫੋਕ ਘੱਟ ਬਣਦੀ ਹੈ ਅਤੇ ਦੂਸਰੇ ਨੰਬਰ ਦੇ ਉੱਪਰ ਇਹ ਫਸਲ ਨੂੰ ਜ਼ਿਆਦਾ ਤਾਪਮਾਨ ਤੋਂ ਵੀ ਬਚਾਉਂਦਾ। ਇਹਦੀ ਘਾਟ ਦੀ ਗੱਲ ਕਰੀਏ ਤਾਂ ਲੱਛਣ ਸਭ ਤੋਂ ਪਹਿਲਾਂ ਨਵੇਂ ਪੱਤਿਆਂ ਦੇ ਦਿਖਾਈ ਦਿੰਦੇ ਨੇ ਜਿਹਦੇ 'ਚ ਪੱਤੇ ਦੇ ਵਿਚਾਲੀ ਜਿਹੜੀ ਵੇਨ ਹੁੰਦੀ ਹੈ ਜਾਂ ਨਾੜੀ ਹੁੰਦੀ ਹੈ ਉਸ ਦੇ ਨਾਲ ਨਾਲ ਪੱਤੇ ਦਾ ਫਟ ਜਾਣਾ ਅਤੇ ਪੱਤੇ ਦੇ ਉੱਪਰ ਜਿਵੇਂ ਦੰਦੀਆਂ ਵੱਢੀਆਂ ਹੁੰਦੀਆਂ ਨੇ ਉਵੇਂ ਦੇ ਨਿਸ਼ਾਨ ਹੋ ਜਾਣੇ ਜਿਹੜੀ ਕਿ ਪੱਤੇ ਦੇ ਬਲੇਡ ਦੇ ਨਾਲ ਨਾਲ ਦਿਖਾਈ ਦਿੰਦੇ ਨੇ। ਜ਼ਿਆਦਾ ਕਮੀ ਹੋਣ 'ਤੇ ਤਣਾ ਮੁਰਝਾ ਜਾਂਦਾ ਅਤੇ ਜਿਹੜੇ ਨਵੇਂ ਪੱਤੇ ਨੇ ਉਹ ਮਰ ਜਾਂਦੇ ਨੇ। ਨਾਲ ਨਾਲ ਆਪਾਂ ਚਿੱਤਰਾਂ 'ਚ ਦੇਖ ਸਕਦੇ ਹਾਂ ਬੱਲੀਆਂ ਨੇ ਜਿਹੜੀਆਂ ਉਹ ਵੀ ਸਟੰਟਡ ਜਾਣੀ ਕਿ ਛੋਟੀਆਂ ਰਹਿ ਜਾਂਦੀਆਂ ਨੇ ਅਤੇ ਬੋਰੋਨ ਆਪਾਂ ਨੂੰ 20% ਅਤੇ ਇਫਕੋ ਵਾਲਿਆਂ ਦੀ 1.5% ਵੀ ਬਾਜ਼ਾਰ ਦੇ ਵਿੱਚ ਉਪਲਬਧ ਹੈ। 20% ਵਾਲੀ ਆਪਾਂ 80 ਕੁ ਗ੍ਰਾਮ ਪ੍ਰਤੀ ਏਕੜ ਲੈ ਸਕਦੇ ਹਾਂ ਜਦੋਂ ਕਿ ਜਿਹੜੀ 14.5% ਵਾਲੀ ਹੈ ਉਹਦੀ ਆਪਾਂ 100 ਤੋਂ 120 ਗ੍ਰਾਮ ਪ੍ਰਤੀ ਏਕੜ ਸਪਰੇ ਕਰ ਸਕਦੇ ਹਾਂ। ਇਫਕੋ 1 ਤੋਂ 2 ਗ੍ਰਾਮ ਪ੍ਰਤੀ ਲੀਟਰ ਘੋਲ ਕੇ ਬੋਰੋਨ ਦੀ ਸਪਰੇ ਦੀ ਸਿਫਾਰਿਸ਼ ਕਰਦਾ ਹੈ ਅਤੇ ਜਿਹੜੀ ਕਿ 100 ਤੋਂ 200 ਗ੍ਰਾਮ ਪ੍ਰਤੀ ਏਕੜ ਬਣਦੀ ਹੈ। ਦੂਜੀਆਂ ਕੰਪਨੀਆਂ ਵੱਖ ਵੱਖ ਡੋਜ਼ ਦੀ ਸਿਫਾਰਿਸ਼ ਬੋਰੋਨ ਦੀ ਕਰਦੀਆਂ ਨੇ ਤਾਂ ਕਰਕੇ ਕੰਪਨੀ ਦੇ ਹਿਸਾਬ ਨਾਲ ਹੀ ਅਤੇ ਸਿਫਾਰਿਸ਼ ਅਨੁਸਾਰ ਹੀ ਬੋਰੋਨ ਦੀ ਸਪਰੇਅ ਕਰੋ। ਵੀਡੀਓ 'ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।